ਮੈਂ ਕਿਹਾ ਲੋਕੀ ਜਾਂਦੇ ਵੱਡੇ ਵੱਡੇ ਹੋਟਲਾਂ 'ਚ ਅਤੇ ਲੋਕੀ ਹਜ਼ਾਰਾਂ ਰੁਪਏ ਦੀ ਰੋਟੀ ਖਾ ਕੇ ਆਉਂਦੇ ਆ, 500-700 ਤਾਂ ਮਾਮੂਲੀ ਗੱਲ ਹੀ ਹੈ ਨਾ। ਸਾਡੇ ਕੋਲ ਰੋਟੀ ਵੀ ਸਸਤੀ, ਦਾਲ ਸਬਜ਼ੀ ਵੀ ਸਸਤੀ, ਪਰੌਂਠੇ ਵੀ ਸਸਤੇ। ਬੇਟੇ ਮੇਰੇ ਹਸਬੈਂਡ ਨਹੀਂ ਹੈ, ਫਿਰ ਕੰਮ ਤਾਂ ਕਰਨਾ ਪੈਣਾ ਮੈਨੂੰ। ਕੰਮ ਕਰਦੀ ਮੈਨੂੰ ਬੜੇ ਸਾਲ ਹੋ ਗਏ ਨੇ, ਬੱਚੇ ਵੀ ਇੱਥੋਂ ਹੀ ਪਾਲੇ ਨੇ। ਕੀ ਕਰੀਏ ਹੁਣ ਫਿਰ, ਕੀ ਕਰੀਏ, ਕਰਨਾ ਹੀ ਪੈਣਾ। ਬੱਚੇ ਤਾਂ ਕਹਿੰਦੇ ਸਾਨੂੰ ਦਿਓ, ਸਾਨੂੰ ਦਿਓ। ਆਉਂਦੇ ਜਦੋਂ ਜੀ ਕਰਦਾ ਆ ਜਾਂਦੇ, ਡੇਲੀ ਤਾਂ ਪੱਕੇ ਨਹੀਂ ਲੱਗੇ ਹੋਏ ਤਾਂ ਨਹੀਂ ਲੱਗ ਜਾਂਦਾ। ਹੁਣ ਤਾਂ ਬੇਟੇ ਕੰਮ ਘੱਟ ਗਿਆ ਆ, ਗੱਡੀਆਂ ਗੁੱਡੀਆਂ ਬੰਦ ਨੇ, ਕਿੱਥੇ ਚੱਲਦੀਆਂ ਰਾਤ ਨੂੰ ਹੀ ਤਾਂ ਹੋਟਲ ਕਿੰਨੇ ਆ, ਰਾਤ ਨੂੰ ਲੋਕ ਆਣ ਕੇ ਠਹਿਰਦੇ ਨੇ, ਕੋਈ ਚਾਹ ਪੀਂਦਾ, ਕੋਈ ਰੋਟੀ ਖਾਂਦਾ। आपको हमारा वीडियो कैसा लगा कमेंट सेक्शन में जरूर बताएं।